ਮੰਤਰੀ ਪੰਜਾਬ ਦਾ ਸੌ ਚੁੱਕਾ ਤੇ ਦੋ ਤਿੰਨ ਦਿਨ ਦੇ ਅੰਦਰ ਅੰਦਰ ਸਾਰੇ ਪੂਰੇ ਦਰਬਾਰ ਸਾਹਿਬ ਜਾ ਕੇ ਪਰਮਾਤਮਾ ਦਾ ਆਸ਼ੀਰਵਾਦ ਲੈਂਦਾ ਹੈ। ਠੀਕ ਹੈ ਜੀ, ਆ ਪਿਓ ਦਾ ਪੁੱਤ ਮਿਲਾ 3 ਮਹੀਨੇ ਨਹੀਂ ਗਿਆ, ਕੈਪਟਨ ਨਵਜੋਤ ਸਿੰਘ ਸਿੱਧੂ ਅੱਜ ਕੱਲ ਪੂਰੀ ਚਰਚਾ 'ਚ ਬਣੇ ਹੋਏ ਨੇ, ਜਿਸ ਕਾਰਨ ਉਹਨਾਂ ਦੀਆਂ ਤਾਰੀਫਾਂ ਵੀ ਕਾਫੀ ਹੋ ਰਹੀਆਂ ਨੇ ਅਤੇ ਵਿਰੋਧੀਆਂ ਵੱਲੋਂ ਉਹਨਾਂ ਤੇ ਵਾਰ ਵੀ ਕਾਫੀ ਕੀਤੇ ਜਾ ਰਹੇ ਨੇ। ਇੱਕ ਵਾਰ ਫਿਰ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਵੱਲੋਂ ਸਿੱਧੂ ਵਿਰੁੱਧ ਖੁੰਦਕ ਕੱਢਦਿਆਂ ਉਸ ਨੂੰ ਬਾਂਦਰ ਕਹਿ ਦਿੱਤਾ। ਮਰਿੰਡਾ ਵਿਖੇ ਕਿਸਾਨਾਂ ਲਈ ਗੰਨੇ ਦੀ ਬਕਾਇਆ ਰਾਸ਼ੀ ਦੀ ਮੰਗ ਦੌਰਾਨ ਲਗਾਏ ਧਰਨੇ 'ਚ ਸੁਖਵੀਰ ਨੇ ਸਿੱਧੂ ਤੇ ਕੈਪਟਨ ਸਰਕਾਰ ਨੂੰ ਖੂਬ ਪੰਡਿਆ। ਤੁਸੀਂ ਦੇਖ ਲਓ, ਮੈਨੂੰ ਦੱਸ ਰਹੇ ਸੀ ਪਿੱਛੇ ਦੇ ਕੈਪਟਨ ਸਾਹਿਬ ਨੇ ਸੁਲਤਾਨਪੁਰ ਲੋਧੀ ਆਪਣੇ ਸੰਤ ਸਮਾਜ ਦੀ ਮੀਟਿੰਗ ਰੱਖੀ, ਮੀਟਿੰਗ ਚਲੇ ਗਏ ਤਖਤ ਸਾਹਿਬ ਉੱਥੇ ਮੱਥਾ ਟੇਕਣ ਦੀ ਦਰਬਾਰ ਗਏ। ਤੁਸੀਂ ਦੇਖ ਲਓ ਮੁੱਖ ਮੰਤਰੀ ਜੋ ਪੰਜਾਬ ਦਾ ਬੰਦਾ ਹੈ ਪਹਿਲਾ ਕੰਮ ਕੀ ਕਰਦਾ, ਅੱਜ ਤੱਕ ਦਾ ਇਤਿਹਾਸ ਦੇਖ ਲਓ, ਮੁੱਖ ਮੰਤਰੀ ਪੰਜਾਬ ਦਾ ਸੌ ਚੁੱਕਾ ਤੇ ਦੋ ਤਿੰਨ ਦਿਨ ਦੇ ਅੰਦਰ ਅੰਦਰ ਸਾਰੇ ਪੂਰੇ ਦਰਬਾਰ ਸਾਹਿਬ ਜਾ ਕੇ ਪਰਮਾਤਮਾ ਦਾ ਆਸ਼ੀਰਵਾਦ ਲੈਂਦਾ ਹੈ। ਠੀਕ ਹੈ ਜੀ, ਆ ਪਿਓ ਦਾ ਪੁੱਤ ਮਿਲਾ 3 ਮਹੀਨੇ ਨਹੀਂ ਗਿਆ, ਕੈਪਟਨ ਉਹ ਤਾਂ ਜਦੋਂ ਰੌਲਾ ਪਾਇਆ ਉਹ ਘੱਟ ਘੱਟ ਮੱਥਾ ਤਾਂ ਦੇ ਗਿਆ ਪ੍ਰਸ਼ਾਸਨ ਤੋਂ, ਆ ਤਾਂ ਅਸੀਂ ਰੌਲਾ ਪਾਇਆ ਸੀਗਾ, 1 ਮਹੀਨਾ ਹੋ ਗਿਆ, 2 ਮਹੀਨਾ ਹੋ ਗਿਆ, 3 ਮਹੀਨੇ ਹੋ ਗਿਆ, 3 ਮਹੀਨੇ ਸਾਢੇ 3-4 ਮਹੀਨੇ ਵਰ ਗਿਆ। ਇਹ ਜਿਹਾ ਬੰਦਾ ਮੁੱਖ ਮੰਤਰੀ ਇੱਕ ਬਾਂਦਰ ਜਾਂ ਨਵਜੋਤ ਸਿੰਘ ਨੂੰ ਰੱਖਿਆ ਨਾਲ ਸਾਢੇ 4 ਲੱਖ ਨੌਕਰੀ ਮੈਂ 10-15 ਲੱਖ ਤੱਕ ਪਹੁੰਚਾ ਦੇਣਗੇ, ਮੈਂ ਲੱਗਦਾ 5-7 ਲੱਖ ਮੈਂ ਕਹਿੰਦਾ ਐਸ਼ ਕੰਮ ਦੇ ਲੱਗੇ, ਐਸ਼ ਜਿਵੇਂ ਹੁੰਦੀ ਨਾ ਐਸ਼ ਕਰਨੀ ਹੋਈ, ਉਹਨੇ ਨਜ਼ਾਰਾ ਲੈ ਲਿਆ ਤੁਹਾਨੂੰ ਬੇਵਕੂ ਬਣਾ ਕੇ, ਉਹਨੇ ਠੱਗੀ ਮਾਰ ਲਈ ਤੁਹਾਡੇ ਨਾਲ ਠੱਗੀ ਮਾਰ ਕੇ, ਹੁਣ ਤਾਂ ਕਹਿੰਦਾ 5 ਸਾਲ ਨਾ ਤੁਸੀਂ ਕੁਛ ਕਰ ਸਕਦੇ ਹੋ, ਉਹ 5 ਸਾਲ ਰਹਿਣਗੇ ਇੱਥੇ, 5 ਸਾਲ ਬਾਅਦ ਆਪਾਂ ਦੇਖਾਂਗੇ ਇਹਨਾਂ ਨੂੰ ਹੱਥ ਕਰਾਂਗੇ ਨਾ। ਪਰ ਦੇਖ ਲਓ ਇੰਨੀ ਵੱਡੀ ਠੱਗੀ ਤੁਹਾਡੇ ਨਾਲ ਬੱਚੀ ਹੈ, ਅੱਜ ਆਪਾਂ ਨੂੰ ਧਰਨੇ ਲਾਉਣੇ ਪੈ ਰਹੇ ਹੈ ਆਪਣੇ ਪੈਸੇ ਲੈਣ ਵਾਸਤੇ ਜਿਹੜੇ ਆਪਣਾ ਹੱਕ ਹੈ। ਬਾਦਲ ਸਾਹਿਬ ਦੇ ਟਾਈਮ ਜੇ ਕੋਈ ਮੁਲਾਜ਼ਮ ਜਿਹਨੂੰ ਖੰਘ ਵੀ ਆ ਜਾਂਦੀ ਸੀ, ਮੁਲਾਜ਼ਮ ਸਾਹਿਬ ਪਤਾ ਲੱਗਦਾ ਸੀ ਕਿ ਦਵਾਈ ਭੇਜ ਹੋਣੀ, ਮੈਨੂੰ ਲੱਗਦਾ ਸਵੇਰੇ ਆਪਣੇ ਪੀਏ ਨੂੰ ਪੁੱਛਿਆ ਜੀ ਕੋਈ ਧਰਨਾ ਦੇਣ ਵਾਲਾ ਤਾਂ ਨਹੀਂ, ਜੇ ਬਾਦਲ ਸਾਹਿਬ ਦੱਸ ਦਿੰਦੇ ਸੀ ਕਿ ਜੀ ਸੋਚ ਰਹੇ ਹੈ ਕੋਈ, ਉਹਨਾਂ ਬੁਲਾਓ ਛੇਤੀ ਦੱਸੋ ਕੀ ਕੰਮ ਉਹਨਾਂ ਦਾ। ਇਸ ਤੋਂ ਇਲਾਵਾ ਕੈਪਟਨ ਨੂੰ ਵੰਗਾਰਦਿਆਂ ਕਿਹਾ ਕਿ ਖਜ਼ਾਨਾ ਖਾਲੀ ਹੋਣ ਦਾ ਰੌਲਾ ਪਾਉਣ ਵਾਲੇ ਕੈਪਟਨ 1 ਮਹੀਨੇ ਲਈ ਸਰਕਾਰ ਉਹਨਾਂ ਨੂੰ ਚਲਾਉਣ ਲਈ ਦੇਣ, ਉਸ ਤੋਂ ਬਾਅਦ ਉਹ ਗੰਨੇ ਦੀ ਬਕਾਇਆ ਰਾਸ਼ੀ ਵੀ ਜਾਰੀ ਕਰ ਦੇਣਗੇ ਤੇ ਹੋਰ ਸਾਰੇ ਕੰਮ ਵੀ ਕਰ ਦੇਣਗੇ। ਬਿਊਰੋ ਰਿਪੋਰਟ। ਦੁਆ ਵੀ ਤਕਦੀਰ ਬਦਲ ਸਕਦੀ ਹੈ। ਰੂਹਾਨੀ ਅਤੇ ਕਾਲੇ ਇਲਮ ਦੀ ਮਾਲਕਨ ਬੇਗਮ ਫਾਤਿਮਾ, ਦੁਨੀਆ ਦਾ ਸਭ ਤੋਂ ਚਮਤਕਾਰੀ ਅਮਲ ਮੇਰੇ ਕੋਲ, ਮੇਰੇ ਕਿੱਤੇ ਨੂੰ ਕੋਈ ਕੱਟ ਨਹੀਂ ਸਕਦਾ, ਕਾਲਾ ਇਲਮ ਕਰਨਾ ਜਾਂ ਤੋੜਨਾ ਹਰ ਇੱਕ ਦੇ ਵਾਸਤੇ ਗੱਲ ਨਹੀਂ, ਪਰੇਸ਼ਾਨੀ, ਲਵ ਮੈਰਿਜ, ਪਿਆਰ ਵਿੱਚ ਧੋਖਾ, ਪਤੀ ਪਤਨੀ 'ਚ ਅਣਬਣ, ਕੀਤਾ ਕਰਾਇਆ, ਲਾਟਰੀ ਦਾ ਇਨਾਮੀ ਮੌਕਾ,
ਜਾਦੂ ਟੋਣੇ ਦਾ ਤੋਰ, ਸੋਤਨ ਦੁਸ਼ਮਣ ਤੋਂ ਛੁਟਕਾਰਾ, ਔਲਾਦ ਸੁੱਖ, ਬੁਰੀ ਸੰਕਟ ਜਾਂ ਨਸ਼ਾ ਛੁਡਾਉਣਾ, ਪੀਆਰ ਵਿਦੇਸ਼ ਯਾਤਰਾ, ਨੌਕਰੀ ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਦੁਆਰਾ ਕਿਸੇ ਨੂੰ ਵੀ ਆਪਣੇ ਵੱਸ ਵਿੱਚ ਕਰੋ। ਤੁਹਾਡੀ ਲਾਟਰੀ ਨਿਕਲੇਗੀ ਜਾਂ ਨਹੀਂ, ਸੱਚਾਈ ਜਾਣੋ। ਤੁਸੀਂ ਘਰ ਬੈਠੇ ਹਰ ਪਰੇਸ਼ਾਨੀ ਦਾ ਹੱਲ ਸਿਰਫ 11 ਘੰਟੇ ਵਿੱਚ ਕਰਵਾ ਸਕਦੇ ਹੋ। ਗਾਰੰਟੀ ਅਸਟਾਮ ਪੇਪਰ ਤੇ ਲਿਖ ਕੇ ਲਵੋ ਜੀ। ਤਾਵੀਜ਼ ਪ੍ਰਾਪਤ ਕਰਕੇ ਹੀ ਅਸਰ ਸ਼ੁਰੂ।